परम सत्कारयोग अदीप ते सूझवान श्रोतियो, मैं आप जी की सच्ची सोच का ऋणी है कि आप सच्चे सुलझे अते संजीदा गायकां गीतकारां नूं हमेशा माण बख्श दिओ। साडे पंजाब की खिड़ी गुलजार विच कुछ अजिहे ना हन जिन्हां नूं तुसीं पिछले कई वरियां तों लगातार प्यार करदे आए हो। मैं आप जी की नज़र एक अजिहे कलाकार नूं कर रहा जिन्हां नूं तुसीं लंबे समय तो गीतां भरी कहानी तो लैके रज के प्यार दिता है। सुखदर्शन एंटरटेनमेंट खन्ना अते कमलजीत सिंह कमल बड़े फखर नाल पेश करते हैं सदा बहार गायक श्री जसवंत संधीला। जिहड़े लोग जिंदगी में सच्चा प्यार करते हैं वो दुनिया की किसी भी पावर जानी के ताकत की परवाह नहीं करते, भावें वह ताकत राजनीतिक हो, समाजिक हो, अपने साग संबंधी ना जोरदार दबा हो। वो तो सिर्फ एक ही गलों ही डरते हैं कि साडा प्यार ना अधूरा रह जाए, साडी यारी ना टुट जाए। ना डर पिंड डट ना डर जिद्दा ना डर दुनिया सारी दा नी सुनिए नी बलिए नी कित टुटना बचाने हो जावे नी डर तेरी यारी दा हाय नी डर तेरी यारी दा हाय नी डर तेरी यारी दा बचाणियो जावे नी डर तेरी यारी दा हाय नी डर तेरी यारी दा होए नी डर तेरी यारी दा।
ढांदरे वाला संदीला तो नभाऊगा, हूं ढांदरे वाला संदीला तो नभाऊगा। ना डर मामे दा ना नाने दा, ना डर मामे दा ना नाने दा, ना कद रिश्तेदारी दा। नी सोनिए नी बलिए नी कित टुटना बचाने हो जावे, नी डर तेरी यारी दा, हाय नी डर तेरी यारी दा, डर तेरी यारी दा। एक घरवाली ते घरवाला आपस विच लड़ पे ते महीना पर आपस विच दोवें बोले ना। हर रोज जदों अपने विहड़ विच कुर्सियां डाह के बैठदे ते सामने दरख्त विच इक तोता ते तोती चुंज विच चुंज फसा के रोमांस करना शुरू कर देंदे। एक दिन आख के घरवाली कहिंदी, मर जाणिया महीना हो गया बोलदा ही नहीं, आ वेख तेरे नाल तो तोता चंगा रोज तोती नाल किवें प्यार करदा। घरवाला भी आख के कहिंदा, तू चंगी तरह देखिया नहीं। वह कहिंदी, की कहिंदा, तोता तो उही आ पर तोती रोज़ नवीं हुंदी आ। इदां कई मुंडे कुड़ियां भी सारे काम छड़ के सिर्फ प्यार वाले पासे ही हो जाते हैं, तो इस तरह कहते हैं।
ਪਾੜਾ ਪਾਉਂਦਾ ਹੁਣ ਵੀ ਕੂੜੇ ਨੂੰ ਬਿਹਾਰੀ ਹੌਲੀ ਬੋਲ ਕੋਈ ਸੁਣ ਨਾ ਲਵੇ ਹੈ ਸਾਨੂੰ ਵੀ ਇਹੋ ਬਿਮਾਰੀ ਹੌਲੀ ਬੋਲ ਕੋਈ ਸੁਣ ਨਾ ਲਵੇ ਹੈ ਸਾਨੂੰ ਵੀ ਇਹੋ ਬਿਮਾਰੀ ਬੋਲ ਹੁਣ ਸੁਣ ਜਾਣਦੇ ਹੈ ਕਈਆਂ ਨੂੰ ਇਹੋ ਬਿਮਾਰੀ ਇੱਕ ਨਵੀਂ ਵਿਆਹੀ ਬਹੂ ਘਰ ਦਾ ਕੋਈ ਕੰਮ ਕਾਰ ਨਾ ਕਰਿਆ ਕਰੇ ਤੇ ਮੇਕਅਪ ਕਰਕੇ ਸਾਰੀ ਜਿਹੜੀ ਟੈਲੀਵਿਜ਼ਨ ਦੇ ਸੀਰੀਅਲ ਵੇਖੀ ਜਾਇਆ ਕਰੇ ਇੱਕ ਦਿਨ ਮਾਂ ਪੁੱਤ ਨੇ ਸਕੀਮ ਬਣਾਈ ਕਿ ਕਿਸੇ ਤਰੀਕੇ ਨਾਲ ਬਹੂ ਨੂੰ ਕੰਮ ਤੇ ਲਾਇਆ ਜਾਇਆ ਕਰੇ ਮੁੰਡੇ ਦੀ ਮਾਂ ਨੇ ਸਕੀਮ ਬਣਾਈ ਕਹਿੰਦੀ ਦੋ ਤਿੰਨਾਂ ਦਿਨ ਝੂਠੇ ਭਾਂਡੇ ਇਕੱਠੇ ਕਰ ਲੈਂਦੇ ਹਾਂ ਅਤੇ ਸਵੇਰੇ ਜਦੋਂ ਬਹੂ ਉੱਠ ਕੇ ਆਊਗੀ ਅਤੇ ਆਪਾਂ ਰੌਲਾ ਪਾਵਾਂਗੇ ਤੂੰ ਕਹੀਂ ਮੈਂ ਮਾਂਜਦਾ ਮੈਂ ਕਹੂੰ ਮੈਂ ਮਾਂਜਦੀ ਤੂੰ ਕਹੀਂ ਮੈਂ ਮਾਂਜਦਾ ਮੈਂ ਕਹੂੰ ਮੈਂ ਮਾਂਜਦੀ ਹਾਂ ਇਹ ਸੁਣ ਕੇ ਬਹੂ ਨੂੰ ਸ਼ਰਮ ਆਊ ਅਤੇ ਉਹ ਕਹੂੰ ਲਿਓ ਮਾਤਾ ਜੀ ਭਾਂਡੇ ਮੈਂ ਮਾਂਜ ਦਿੰਦੀ ਹਾਂ ਇਸੇ ਤਰ੍ਹਾਂ ਹੋਇਆ ਜਦੋਂ ਸਵੇਰੇ ਉੱਠ ਕੇ ਬਹੂ ਆਈ ਅਤੇ ਦੋਵਾਂ ਨੇ ਰੌਲਾ ਪਾ ਲਿਆ ਮਾਂ ਕਹਿੰਦੀ ਲਿਆ ਭਾਂਡੇ ਮੈਂ ਮਾਂਜਦੀ ਪੁੱਤ ਕਹਿੰਦਾ ਮੈਂ ਮਾਂਜਦਾ ਮਾਂ ਕਹਿੰਦੀ ਮੈਂ ਮਾਂਜਦੀ ਪੁੱਤ ਕਹਿੰਦਾ ਮੈਂ ਮਾਂਜਦਾ ਇਹ ਸੁਣ ਕੇ ਬਹੂ ਕਹਿੰਦੀ ਰੌਲਾ ਕਿਉਂ ਪਾਉਂਦੇ ਹੋ ਦੋਵੇਂ ਅੱਧੇ ਅੱਧੇ ਮਾਂਜ ਲਓ ਪਰ ਉਹ ਦੋਵੇਂ ਹੈਰਾਨ ਰਹਿ ਗਏ ਇਸ ਕਰਕੇ ਬੁੜੀ ਬੁੜ ਬੁੜ ਕਰਦੀ ਆਪਣੇ ਕਮਰੇ ਚਲੇ ਗਈ ਅਤੇ ਬਹੂ ਆਪਣੇ ਘਰ ਵਾਲਿਆਂ ਨੂੰ ਕਹਿੰਦੀ ਆਪਣੀ ਮਾਂ ਨੂੰ ਸਮਝਾ ਲਾ ਨਹੀਂ ਤਾਂ ਮੈਂ ਤਪਲੇ ਵਾਂਗੂ ਖੜਕਾ ਦੇਣੀ ਹਾਂ ਅਤੇ ਮੁੰਡਾ ਕਹਿੰਦਾ ਦੇਖ ਲਾ ਜੇ ਮਾਈ ਨੂੰ ਕੁਝ ਬੋਲਿਆ ਤਾਂ ਚਿਮਟੇ ਵਾਂਗੂ ਵਜਾ ਦੂੰ ਚਿਮਟੇ ਦੇ ਵਾਂਗੂ ਅੱਜ ਦੁੱਖ ਦੇਣੀ ਤੈਨੂੰ ਲੱਗਦਾ ਪੈਣਾ ਖੜਕਾਉਣਾ ਲੜਾਈ ਬੜੀ ਸੌਖੀ ਵੱਧਦੀ ਔਖਾ ਹੁੰਦਾ ਆ ਕਲੇਸ਼ ਕਟਾਉਣਾ ਚਿਮਟੇ ਦੇ ਵਾਂਗੂ ਅੱਜ ਚਿਮਟੇ ਦੇ ਵਾਂਗੂ ਅੱਜ ਦੁੱਖ ਦੇਣੀ ਨੀ ਤੈਨੂੰ ਲੱਗਦਾ ਪੈਣਾ ਖੜਕਾਉਣਾ ਚਿਮਟੇ ਦੇ ਵਾਂਗੂ ਅੱਜ ਦੁੱਖ ਦੇਣੀ ਤੈਨੂੰ ਲੱਗਦਾ ਪੈਣਾ ਖੜਕਾਉਣਾ ਮਿੱਟੀ ਵਾਂਗੂ
ਮਾਂ ਦਾ ਮੱਕੂ ਬਣੇਗੀ ਕਿੰਨਾ ਦੁੱਖ ਹੁੰਦਾ ਨੀ ਤੂੰ ਫੇਰ ਜਾ ਕੇ ਮੰਨੇਗੀ ਜਦੋਂ ਤੇਰੀ ਭਾਬੀ ਤੇਰੀ ਮਾਂ ਦਾ ਮੱਕੂ ਬਣੇਗੀ ਕਿੰਨਾ ਦੁੱਖ ਹੁੰਦਾ ਨੀ ਤੂੰ ਫੇਰ ਜਾ ਕੇ ਮੰਨੇਗੀ ਤੈਨੂੰ ਸਮਝਾਉਣ ਗੱਲ ਔਖੀ ਲੱਗਦੀ ਨੀ ਸੋ ਖਰੇ ਤੇ ਉੱਤੇ ਸਾਈਕਲ ਚਲਾਉਣਾ ਚਿਮਟੇ ਦੇ ਵਾਂਗੂ ਅੱਜ ਚਿਮਟੇ ਦੇ ਵਾਂਗੂ ਅੱਜ ਦੁੱਖ ਦੇਣੀ ਇਹਨੂੰ ਤੈਨੂੰ ਲੱਗਦਾ ਪੈਣਾ ਖੜਕਾਉਣਾ ਚਿਮਟੇ ਦੇ ਵਾਂਗੂ ਅੱਜ ਦੁੱਖ ਦੇਣੀ ਤੈਨੂੰ ਲੱਗਦਾ ਪੈਣਾ ਖੜਕਾਉਣਾ ਪਹਿਲਾਂ ਮਾਂ ਪਿਓ ਹੀ ਕੁੜੀ ਵਾਸਤੇ ਮੁੰਡਾ ਪਸੰਦ ਕਰਦੇ ਹੁੰਦੇ ਸਨ ਤੇ ਕੁੜੀ ਵਿਆਹ ਵਾਲੇ ਦਿਨ ਹੀ ਮੁੰਡਾ ਵੇਖਦੀ ਸੀ ਪਰ ਅੱਜ ਕੱਲ੍ਹ ਕੰਮ ਉਲਟ ਹੋ ਗਿਆ ਕਈ ਵਾਰੀ ਤਾਂ ਮਾਪਿਆਂ ਨੂੰ ਬਾਅਦ 'ਚ ਪਤਾ ਲੱਗਦਾ ਕਿ ਸਾਡੀ ਕੁੜੀ ਨੇ ਇਸ ਮੁੰਡੇ ਨਾਲ ਵਿਆਹ ਕਰਵਾ ਲਿਆ ਇਸੇ ਤਰ੍ਹਾਂ ਮਾਂ ਨੇ ਧੀ ਨੂੰ ਬੜੇ ਚਾਅ ਨਾਲ ਦੱਸਿਆ ਧੀਏ ਤੇਰੇ ਵਾਸਤੇ ਮੈਂ ਕਚਨਾਰ ਦੇ ਫੁੱਲ ਵਰਗਾ ਮੁੰਡਾ ਪਸੰਦ ਕਰਕੇ ਆਈ ਹਾਂ ਪਰ ਜਦੋਂ ਕੁੜੀ ਨੇ ਮੁੰਡਾ ਵੇਖਿਆ ਤਾਂ ਦੰਗ ਰਹਿ ਗਈ ਕਹਿੰਦੀ ਹੈ ਹੈ ਆਹ ਮੁੰਡਾ ਇਹਦਾ ਰੰਗ ਤਾਂ ਅਸਲੀ ਫੀਂ ਵਰਗਾ ਜਿਵੇਂ ਬੀਕਾਨੇਰ ਤੋਂ ਲਿਆਂਦੀ ਹੁੰਦੀ ਆ ਦੂਜੇ ਪਾਸੇ ਮੁੰਡਾ ਕੁੜੀ ਨੂੰ ਵੇਖ ਕੇ ਵਿਚੋਲੇ ਨੂੰ ਥਾਪਿਆਂ ਦਿੰਦਾ ਫਿਰ ਕਹਿੰਦਾ ਆਹ ਬਾਈ ਜੀ ਇਹ ਤਾਂ ਬਹਿਜਾ ਬਹਿਜਾ ਕਰਵਾਤੀ ਸਾਰੇ ਪਿੰਡ ਨੂੰ ਮੁੜਕਾ ਲਿਆਤਾ ਤੇ ਮੈਨੂੰ ਗਿੱਧਿਆਂ ਦੀ ਰਾਣੀ ਨਾਲ ਵਿਆਹਤਾ ਸਰੋਂ ਕੋਲ ਜਿਵੇਂ ਬੂਟਾ ਖੜਾ
कोई कमाद दा सर कोल जेने बूटा खड़ा कोई कमाद दा तके ना मरपे बंदी यारा तड़वा दिया गिद्दियां दी राणी देसी जट नूं विआ दिया गिद्दियां दी राणी गिद्दियां दी राणी देसी जट नूं विआ दिया गिद्दियां दी राणी ਜਿਹੜੇ ਬੰਦੇ ਦਾਰੂ ਪੀ ਕੇ ਰਾਤ ਨੂੰ ਘਰ ਬਹੁਤ ਲੇਟ ਆਉਂਦੇ ਨੇ ਉਹਨਾਂ ਦੇ ਘਰ ਖੌਰੂ ਪੈਂਦਾ ਹੀ ਪੈਂਦਾ ਇੱਦਾਂ ਹੀ ਇੱਕ ਮੇਰਾ ਦੋਸਤ ਰੋਜ਼ ਰਾਤ ਨੂੰ ਦਾਰੂ ਪੀ ਕੇ ਬਹੁਤ ਕਵੇਲੇ ਘਰ ਆਉਂਦਾ ਹੁੰਦਾ ਸੀ ਪਰ ਵਿਚਾਰਾ ਇੱਕ ਦਿਨ ਗਲਤੀ ਨਾਲ ਰਾਤ ਨੂੰ 8 ਵਜੇ ਘਰ ਆ ਗਿਆ ਅਤੇ ਆ ਕੇ ਉਹਨੇ ਕੁੰਡਾ ਖੜਕਾਤਾ ਅੰਦਰੋਂ ਉਹਦਾ ਮੁੰਡਾ ਬੋਲਿਆ ਮੰਮੀ ਮੰਮੀ ਡੈਡੀ ਲੱਗਦਾ ਉਹ ਕਹਿੰਦੇ ਚੁੱਪ ਕਰ ਬਕਵਾਸ ਨਾ ਕਰ ਉਹ ਤਾਂ ਕੋਈ ਕੁੱਤਾ ਬਿੱਲਾ ਕੁੰਡਾ ਖੜਕਾ ਰਿਹਾ ਉਹ ਤਾਂ ਰਾਤ ਨੂੰ ਬਹੁਤ ਲੇਟ ਆਉਂਦਾ ਇਹ ਸੁਣ ਕੇ ਵਿਚਾਰਾ ਵਾਪਸ ਚਲੇ ਗਿਆ ਅਤੇ ਕਹਿੰਦਾ ਲੈ ਰਾਤ ਨੂੰ ਹੁਣ ਮੈਂ 12 ਵਜੇ ਬੰਦਾ ਬਣ ਕੇ ਆਊਂਗਾ ਅਤੇ ਜਦੋਂ ਰਾਤ ਨੂੰ ਦਾਰੂ ਦਾ ਡੱਕਿਆ ਹੋਇਆ 12 ਵਜੇ ਉਹਨੇ ਆ ਕੇ ਕੁੰਡਾ ਖੜਕਾਇਆ ਅਤੇ ਉਹਦੇ ਘਰ ਵਾਲੀ ਵੀ ਅੰਦਰੋਂ ਕੁੱਖੜੀ ਕੁਹਾੜੀ ਨੂੰ ਪੈ ਨਿਕਲੀ ਲਖਵੀਰ ਦੀ ਆਖੀ ਨੀ ਜੇ ਤੂੰ ਨੀ ਚੱਲਦੀ
की ध्यान कहां हुण मासी नी जे तू नी चलदी मैं की मां नू कहां हुण मासी नी जे तू नी चलदी मानू कहां हुण मासी नी जे तू नी चलदी दारू पी के कुंडा खड़कावी ना जा मुड़ जा शराबिया तू चढ़ जाएगी पीछे राखण से जट आऊंगा मेरी मुंडिया दे नाल शर्त लगी तेनू एक दिन यार भी आऊंगा मुंडिया दे नाल शर्त लगी तेनू एक दिन यार भी आऊंगा प्यार हनून आऊगा मेरी मुंडिया दे नाल शर्त लगी तेनू एक दिन यार भी आऊगा मुंडिया दे नाल शर्त लगी तेनू एक दिन यार भी आऊगा शर्त लगी तेनू एक दिन यार ब्याहूगा मेरी मुंडिया दे नाल शर्त लगी तेनू एक दिन यार ब्याहूगा पहला तो सहुरे नू बंदा इंज भजदा जिवें कोई तकड़ा शराबी ठेके नू जांदा होवे पर जेकर सहुरी पहुंच के उसकी खूबसूरत साली
जीजे की बजाय किसी होर दी सिफतां करन लग जाए तो जीजा इस चीज़ नूं किवें बर्दाश्त कर सकदा। साड़ी कहिंदी जीजा जी साडे पिंड दे मुंडे कबड्डी बहुत वधिया खेडदे आ। जीजा कहिंदा लै खेडदे कि मैनू खेडदा वेखी। साड़ी कहिंदी जीजा साडे पिंड दे मुंडे पग्गां बहुत वधिया बांधदे। कहिंदा लै बांधदे कि मैनू बांधदा वेखी। साड़ी कहिंदी जीजा साडे पिंड दे मुंडे भंगड़ा बहुत वधिया पाउंदे। कहिंदा लै पाउंदे भंगड़ा कि मैनू पाउंदा वेखी। साली कहिंदी जीजा साडे पिंड दे मुंडे तो कुट बहुत खांदे। कहिंदा लै खांदे कि मैनू कुट खांदा वेखी। इस तों पहलां कि साली कुछ होर कहिंदी जीजा अपनी साली नूं गड्डी ते बिठा के गेड़े दवाउण चलिया गया। लंडे लाट दा डर मैनू टोले दिया फिर लाऊंगा नी। दस नवी नवेली गड्डी नू केड़ा नी तेज चलाऊंदा नी। नवी नवेली गड्डी नू केड़ा नी तेज चलाऊंदा नी। ਗੱਡੀ ਨੂੰ ਕਿਹੜਾ ਨੀ ਤੇਜ਼ ਚਲਾਉਂਦਾ ਨੀ। ਨਵੀਂ ਨਵੇਲੀ ਗੱਡੀ ਨੂੰ